ਰੋਂਦੇ ਕੁਰਲਾਉਂਦੇ ਇਹ ਉਹਨਾਂ ਪਰਿਵਾਰਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਦੇ ਜਵਾਨ ਪੁੱਤਾਂ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰਾਂ ਦੇ ਵਿੱਚ ਸੋਗ ਪਸਰਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਤੇ ਰੋਹਿਤ ਮਸੀ ਜਿਨ੍ਹਾਂ ਦੋ ਪੰਜਾਬੀਆਂ ਨੂੰ ਅੱਤਵਾਦੀਆਂ ਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਟਾਰਗੇਟ ਕਿਲਿੰਗ ਦੀ ਜ਼ਿੰਮੇਵਾਰੀ ਵੀ ਲੈ ਲਈ। ਇਹ ਉਹਨਾਂ ਦੋਨਾਂ ਦੇ ਹੀ ਪਰਿਵਾਰ ਨੇ ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਹੈ। ਮਾਵਾਂ ਰੋ ਰੋ ਬੇਹਾਲ ਹੋ ਗਿਆ ਨੇ ਤੇ ਪਿਓ ਬੋਲ ਕੇ ਦੁੱਖ ਬਿਆਨ ਵੀ ਨਹੀਂ ਕਰ ਪਾ ਰਹੇ। ਦੱਸਿਆ ਜਾ ਰਿਹਾ ਕਿ ਦੋਨੋਂ ਨੌਜਵਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਸਨ। ਦੋਨੋਂ ਹੀ ਲੱਕੜ ਦਾ ਕੰਮ ਕਰਨ ਦੇ ਸਿਲਸਿਲੇ 'ਚ ਸ਼੍ਰੀਨਗਰ ਗਏ ਜਿੱਥੇ ਅੱਤਵਾਦੀਆਂ ਨੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ, ਗੋਲੀਆਂ ਮਾਰ ਦਿੱਤੀਆਂ। ਅੰਮ੍ਰਿਤਪਾਲ ਦੀ ਤਾਂ ਮੌਕੇ 'ਤੇ ਮੌਤ ਹੋ ਗਈ, ਪਰ ਰੋਹਿਤ ਮਸੀ ਜਿਸਦੇ ਢਿੱਡ 'ਚ ਗੋਲੀ ਲੱਗੀ ਸੀ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਉੱਥੇ ਉਸਨੇ ਵੀ ਦਮ ਤੋੜ ਦਿੱਤਾ ਹੈ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਰੋਹਿਤ ਮਸੀਹ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਤੇ ਪੁੱਤ ਦਾ ਵਿਆਹ ਵੀ ਨਹੀਂ ਕੀਤਾ ਸੀ। ਉਹਨਾਂ ਦਾ ਇੱਕ ਲੌਤਾ ਪੁੱਤ ਸੀ ਜਿਸ ਦੀ ਇੰਨੀ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ ਹੈ। ਉਧਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਾਂ ਬੋਲ ਕੇ ਬਿਆਨ ਵੀ ਨਹੀਂ ਕਰ ਪਾ ਰਹੇ ਕਿ ਉਹਨਾਂ ਨੂੰ ਕਿੰਨਾ ਵੱਡਾ ਸਦਮਾ ਲੱਗਿਆ ਹੈ। ਅਜਨਾਲਾ ਦੇ ਪਿੰਡ ਚਮਿਆਰੀ ਦੇ ਵਿੱਚ ਸੋਗ ਪਸਰਿਆ ਹੋਇਆ ਹੈ। ਦੋਨਾਂ ਘਰਾਂ ਦੇ ਵਿੱਚ ਮਾਤਮ ਹੈ। ਉਹਦੇ ਨਾਲ ਅੰਮ੍ਰਿਤਪਾਲ ਹੈ ਜੀ, ਉੱਥੇ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ। ਪਹਿਲਾਂ ਵੀ ਕਦੀ ਗਿਆ ਜੀ? ਅੱਗੇ ਗਿਆ ਸੀ ਦੋ ਵਾਰਾਂ ਜੀ। ਕਿੱਦਣ ਗਿਆ ਸੀ? ਕੱਲ੍ਹ ਗਿਆ ਸੀ। ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ? ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ? ਨਹੀਂ, ਅਜੇ ਕੱਲ੍ਹ ਗਿਆ ਗੱਲਬਾਤ, ਇੱਥੋਂ ਸਾਡੇ ਕੋਲੋਂ ਗਿਆ, ਦਿਵਾਲੀ 'ਤੇ ਗਿਆ ਸੀ, ਆਇਆ ਉੱਧਰੋਂ ਅਤੇ ਉਹ ਹੁਣ ਇੱਥੇ ਗਿਆ ਜੀ। ਹਾਂਜੀ, ਕੁੱਪਾ ਲੱਗਾ ਜੀ ਤੁਹਾਨੂੰ? ਕੀ ਗੱਲਬਾਤ ਦੱਸਿਆ ਤੁਹਾਨੂੰ? ਨਹੀਂ, ਇੰਨਾ ਹੁਣ ਹੀ ਆਣ ਕੇ ਇਹਨਾਂ ਦੱਸਿਆ ਜੋ ਕੁਛ। ਰੋਹਿਤ ਸਿੰਘ ਸੀ ਉਹਦਾ ਨਾਮ, ਮੇਰਾ ਨਾਮ ਪ੍ਰੇਮ ਸਿੰਘ ਜੀ। ਹਾਂਜੀ, ਅਤੇ ਕੀ ਕੰਮ ਕਰਦਾ ਸੀ ਪਹਿਲਾਂ? ਤਾਂ ਇੱਥੇ ਰੰਗ ਰੁੰਗ ਦਾ ਕੰਮ ਕੁੰਮ ਕਰਦਾ ਯਾਰ, ਕਿ ਪਹਿਲੀ ਵਾਰ ਗਿਆ ਸੀ ਵੈਸੇ, ਅਤੇ ਲੱਕੜ ਲੁੱਕੜ ਦਾ ਕੰਮ ਕਦੇ ਕਰਦਾ ਨਹੀਂ ਉਹ, ਅਤੇ ਜਾਣ ਚਾਕੀ ਤਾਂ ਯਾਰ ਦੋਸਤਾਂ ਦਾ ਘੁੰਮਦਾ ਘੁੰਮ ਚੱਲ ਗਿਆ ਜੇ। ਅਤੇ ਕੀ ਪਤਾ ਲੱਗਾ ਤੁਹਾਨੂੰ ਹੁਣ? ਪਤਾ ਨਹੀਂ ਜੀ, ਹੁਣ ਤਾਂ ਇਹੋ ਪਤਾ ਲੱਗਾ ਵੀ ਆਹ ਹਾਲਾਤ ਹੋ ਗਏ ਹੈਗੇ, ਅਸੀਂ ਤਾਂ ਲੰਮੇ ਪਏ ਸੁੱਤੇ ਆ ਮਾਨ ਨਾਲ, ਸਾਨੂੰ ਤਾਂ ਮੁੜ ਕੇ ਬਾਅਦ ਖੱਪਦਾ ਪਤਾ ਲੱਗਾ। ਪਰਿਵਾਰ 'ਤੇ ਕੀ ਹਾਲ ਮਾਤਾ ਦਾ ਇਸ ਵੇਲੇ? ਐ ਵੇਲੇ ਤਾਂ ਵੇਖ ਲਓ ਪੂਰਾ ਆਪਣਾ ਬੇੜਾ ਗਰਕ ਹੋਇਆ ਹਿਸਾਬ ਨਾਲ। ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਤਾਂ ਕੁਛ ਨਹੀਂ ਮੰਗਦੇ, ਸਾਡਾ ਜਿਹੜਾ ਚੱਲ ਗਿਆ ਕਿਸੇ ਗਵਾਚ ਗਿਆ, ਅਤੇ ਅਸੀਂ ਹੁਣ ਕੀ ਲੱਭ ਸਕਦੇ ਹਾਂ ਜੀ? ਇਕੱਲਾ ਇਕੱਲਾ ਹੈਗਾ ਜੀ, ਉਹ ਵੀ ਚਲਾ ਗਿਆ, ਸਾਰਾ ਕੁਛ ਉਹਦੇ ਲਈ ਬਣਾ ਕੇ ਰੱਖਿਆ ਸੀ ਆਪਾਂ। ਕਿੰਨੇ ਭੈਣ ਭਰਾ ਸੀ? ਕੁੜੀ ਮੁੰਡਾ ਜੀ, ਛੋਟੀ ਕੁੜੀ ਹੈ, ਵੱਡਾ ਮੁੰਡਾ ਇਕੱਲਾ ਜੀ।